ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਪ੍ਰੋਗਰਾਮ ਦੀ ਅੱਜ ਦੀ ਲੜੀ ਵਿੱਚ ਅਸੀਂ ਸੰਤ ਸਿੰਘ ਸਿੱਖੋਂ ਦੀ ਜੀਵਨ ਰਚਨਾ ਸੰਬੰਧੀ ਵਿਚਾਰ ਚਰਚਾ ਕਰਾਂਗੇ ਸੰਤ ਸਿੰਘ ਸਿੱਖੋਂ ਪੰਜਾਬੀ ਦਾ ਇੱਕ ਨਾਟਕਕਾਰ ਗਲਪ ਲੇਖਕ ਖੋਜੀ ਆਲੋਚਕ ਸੀ ਸੰਤ ਸਿੰਘ ਸਿੱਖੋਂ ਦਾ ਜਨਮ 30 ਮਈ 1908 ਵਿੱਚ ਸਰਦਾਰ ਹੁਕਮ ਸਿੰਘ ਦੇ ਘਰ ਚੱਕ ਨੰਬਰ 70 ਫੈਸਲਾਬਾਦ ਜ਼ਿਲ੍ਹਾ ਲਾਇਲਪੁਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਹੋਇਆ। ਬੀਰ ਖਾਲਸਾ ਹਾਈ ਸਕੂਲ ਵਿੱਚੋਂ 10ਵੀਂ ਪਾਸ ਕਰਕੇ ਉਚੇਰੀ ਸਿੱਖਿਆ ਲਈ ਉਹ ਐਫਸੀ ਕਾਲਜ ਲਾਹੌਰ ਵਿੱਚ ਦਾਖਲ ਹੋ ਗਿਆ ਸੀ। ਫਿਰ ਉਸਨੇ ਅੰਗਰੇਜ਼ੀ ਅਤੇ ਅਰਥ ਵਿਗਿਆਨ ਵਿਸ਼ਿਆਂ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਵਿਦਿਆਰਥੀ ਜੀਵਨ ਜੀ ਉਹਨਾਂ ਦਾ ਵਿਆਹ ਸਨ 1928 ਵਿੱਚ ਬੀਬੀ ਗੁਰਚਰਨ ਕੌਰ ਨਾਲ ਹੋ ਗਿਆ ਸੀ। ਜਿਸ ਤੋਂ ਉਹਨਾਂ ਦੇ ਘਰ 4 ਲੜਕੀਆਂ ਤੇ 1 ਲੜਕੇ ਨੇ ਜਨਮ ਲਿਆ। ਸੇਖੋਂ ਨੇ 1931 ਤੋਂ ਲੈ ਕੇ 1951 ਤੱਕ ਲਗਭਗ 20 ਸਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਅੰਗਰੇਜ਼ੀ ਦੇ ਅਧਿਆਪਕ ਦਾ ਕਾਰਜ ਪਾਰ ਸੰਭਾਲਿਆ ਤੇ 1953 ਤੋਂ ਲੈ ਕੇ 1961 ਤੱਕ ਉਹ ਗੁਰੂ ਹਰਗੋਬਿੰਦ ਖਾਲਸਾ ਕਾਲਜ ਗੁਰੂ ਸਰ ਸੁਧਾਰ ਲੁਧਿਆਣਾ ਵਿਖੇ ਅੰਗਰੇਜ਼ੀ ਦਾ ਲੈਕਚਰਾਰ ਵੀ ਰਿਹਾ ਪਿੱਛੋਂ ਕੁਝ ਸਮਾਂ ਉਹ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਪਰ ਅੰਤ ਸੰ ਸਿੰਘ ਸੇਖੋਂ ਦਾ ਦੇਹਾਂਤ 7 ਅਕਤੂਬਰ 1997 ਨੂੰ ਹੋ ਗਿਆ। ਉਹਨਾਂ ਦੇ ਸਾਇਤਿਕ ਸਫਰ ਦੀ ਗੱਲ ਕਰੀਏ ਤਾਂ ਸੰਤਸੰਗ ਸੇਖੋਂ ਨੂੰ ਲਿਖਣ ਦੀ ਜਿਹੜੀ ਕਿ ਚੇਟਕ ਲਈ ਪੰਜਾਬੀ ਦੇ ਵਿੱਚ ਪਹਿਲਾਂ ਸੰਤਸੰਗ ਸੇਖੋਂ ਨੇ ਲਿਖਣ ਦੀ ਸ਼ੁਰੂਆਤ ਅੰਗਰੇਜ਼ੀ ਭਾਸ਼ਾ ਤੋਂ ਕੀਤੀ ਸੀ ਪਰ ਪ੍ਰਿੰਸੀਪਲ ਤੇਜਾ ਸਿੰਘ ਦੀ ਪ੍ਰੇਰਣਾ ਦੇ ਨਾਲ ਉਹਨਾਂ ਨੇ ਪੰਜਾਬੀ 'ਚ ਵੀ ਲਿਖਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਸਾਹਿਤਕ ਕਿਰਤਾਂ ਦੀ ਸੂਚੀ ਬਹੁਤ ਲੰਮੀ ਹੈ ਜਿਨ੍ਹਾਂ ਵਿੱਚੋਂ ਨਾਟਕ, ਇਕਾਂਗੀ, ਕਹਾਣੀਆਂ, ਨਾਵਲ, ਕਵਿਤਾ, ਨਿਬੰਧ, ਆਲੋਚਨਾ, ਸਵੈ ਜੀਵਨੀ ਅਤੇ ਅਨਵਾਦ ਆਦਿ ਸ਼ਾਮਲ ਹਨ। ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਪਾਠ ਪੁਸਤਕਾਂ 'ਚ ਉਹਨਾਂ ਦੀਆਂ ਰਚਨਾਵਾਂ ਪੜੀਆਂ ਪੜਾਈਆਂ ਜਾਂਦੀਆਂ ਨੇ। ਉਦਾਹਰਨ ਦੇ ਤੌਰ ਤੇ ਅਸੀਂ ਬੀ ਕਾਮ ਫਸਟイヤー ਦੇ ਸਿਲੇਬਸ ਨੂੰ ਲੈ ਸਕਦੇ ਹਾਂ। ਬੀਕਮ ਫਸਟイヤー ਦੇ ਪੰਜਾਬੀ ਦੇ ਸਲੇਵਸ ਵਿੱਚ ਕਥਾਰੰਗ ਪੁਸਤਕ ਲੱਗੀ ਹੋਈ ਹੈ ਜਿਸ ਦੇ ਵਿੱਚ ਵੱਖ-ਵੱਖ ਕਹਾਣੀਕਾਰਾਂ ਦੀਆਂ ਵੱਖ-ਵੱਖ ਕਹਾਣੀਆਂ ਨੇ ਜਿਨ੍ਹਾਂ ਵਿੱਚੋਂ ਸੰਤ ਸਿੰਘ ਸੇਖੋਂ ਦੀ ਕਹਾਣੀ ਮੁਰ ਵਿਦਵਾ ਲੱਗੀ ਹੋਈ ਹੈ ਸੋ ਇਸੇ ਤਰ੍ਹਾਂ ਹੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਦੀਆਂ ਪਾਠ ਪੁਸਤਕਾਂ ਵਿੱਚ ਸੰਤ ਸਿੰਘ ਸੇਖੋਂ ਦੀਆਂ ਰਚਨਾਵਾਂ ਸਾਨੂੰ ਮਿਲਦੀਆਂ ਨੇ 1937 ਵਿੱਚ ਉਹਨਾਂ ਨੇ ਨਾਰਦਰਨ ਰਿਵਿਊ ਨਾਂ ਦਾ ਇੱਕ ਰਸਾਲਾ ਵੀ ਕੱਢਿਆ ਜਿਸ ਵਿੱਚ ਆਪਣੀਆਂ ਅੰਗਰੇਜ਼ੀ ਰਚਨਾਵਾਂ ਛਾਪੀਆਂ ਉਸ ਨੂੰ ਅਮਰੀਕਾ ਕੈਨੇਡਾ ਇੰਗਲੈਂਡ ਦੀਆਂ ਸਾਇਤਿਕ ਸੰਸਥਾਵਾਂ ਨੇ ਆਪਣੇ ਖਰਚ ਉੱਤੇ ਕਈ ਵਾਰੀ ਸੱਦਿਆ ਤੇ ਨਿਵਾਜਿਆ 1958 ਵਿੱਚ ਉਹ ਐਫਰੋ ਏਸ਼ੀਅਨ ਰਾਈਟਰਸ ਵੱਲੋਂ ਸੋਵੀਅਤ ਯੂਨੀਅਨ ਵੀ ਗਏ ਸੋ ਇਹ ਸੀ ਉਹਨਾਂ ਦੇ ਸਾਇਤਿਕ ਸਫ਼ਰ ਦੀ ਗੱਲ ਸੋ ਹੁਣ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰਦੇ ਹਾਂ ਰਚਨਾਵਾਂ ਪਹਿਲਾਂ ਉਹਨਾਂ ਦੇ ਕਹਾਣੀ ਸੰਗ੍ਰਹਿ ਦੇਖਦੇ ਹਾਂ ਉਹਨਾਂ ਦੇ ਸਰਲੇਖ ਨੇ ਕਾਮੇ ਤੇ ਯੋਧੇ ਸਮਾਚਾਰ ਬਾਰਾਂਦਰੀ ਅੱਧੀ ਵਾਟ ਤੀਜਾ ਪੈਰ ਸਿਆਣਪ ਇਕਾਂਗੀ ਛੇ ਕਰ ਤੱਪਿਆ ਕਿਉਂ ਖਪਿਆ ਨਾਟ ਸੁਨੇਹੇ ਸੁੰਦਰ ਪਦ ਇਹ ਉਹਨਾਂ ਦੇ ਇਕਾਂਗੀ ਸੰਗ੍ਰਹਿ ਨੇ ਕਾਵਨਾਟਕ ਨੇ ਉਹਨਾਂ ਦੇ ਵਿਉਲੀ ਤੇ ਬਾਬਾ ਬੋੜ ਨਾਟਕ ਹਨ ਉਹਨਾਂ ਦੇ ਭੂਮੀਦਾਨ ਕਲਾਕਾਰ ਨਾਲਦਮਯੰਤੀ ਨਾਰਕੀ ਇਤਿਹਾਸਕ ਨਾਟਕ ਕਿਹੜੇ ਨੇ ਉਹਨਾਂ ਦੇ ਮੋਇਆ ਸਾਰਨਾ ਕਾਈ ਬੇੜਾ ਬੰਦ ਨਾ ਸਕੇ ਉਹ ਵਾਰਿਸ ਬੰਦਾ ਬਹਾਦਰ ਵੱਡਾ ਕੱਲੂ ਘਾਰਾ ਮਿੱਤਰ ਪਿਆਰਾ ਅਨੁਵਾਦ ਅਨੁਵਾਦ ਦੇ ਖੇਤਰ ਵਿੱਚ ਵੀ ਉਹਨਾਂ ਨੇ ਹੱਥ ਅਜ਼ਮਾਇਆ ਜਿਨ੍ਹਾਂ ਦੇ ਵਿੱਚ ਅੰਤੋਨੀ ਤੇ ਕਲਪੋਤਰਾ ਵਿਲੀਅਮ ਸ਼ੇਕਸਪੀਅਰ ਐਨਾ ਕੈਰੀਨੀਨਾ ਟਾਲਸਟਾਈ ਫਾਉ 7 ਗਟੇ ਨਾਵਲ ਵੀ ਲਿਖੇ ਉਹਨਾਂ ਨੇ ਜਿਨ੍ਹਾਂ ਦੇ ਵਿੱਚ ਲਹੂ ਮਿੱਟੀ ਅਤੇ ਬਾਬਾ ਸਮਾਨ ਖੋਜ ਤੇ ਅਲੋਚਨਾਮਕ ਅਲੋਚਨਾਤਿਆਂ ਪੁਸਤਕਾਂ ਨੇ ਉਹਨਾਂ ਦੀ ਸਾਇਤਾਰਥ ਪ੍ਰਸਿੱਧ ਪੰਜਾਬੀ ਕਵੀ ਪੰਜਾਬੀ ਕਾਵਿ ਸ਼੍ਰੋਮਣੀ ਭਾਈ ਵੀਰ ਸਿੰਘ ਤੇ ਉਹਨਾਂ ਦੀ ਰਚਨਾ ਨਾਵਲ ਤੇ ਪਲਾਂਟ ਸਮਿਖਿਆ ਪ੍ਰਣਾਲੀਆਂ ਪ੍ਰਗਤੀ ਪੰਥ ਹੀਰਵਾਰਸ ਇਹ ਉਹਨਾਂ ਦੀਆਂ ਰਚਨਾਵਾਂ ਨੇ ਜਿਦੇ ਵਿੱਚ ਖੋਜ ਅਲੋਚਨਾ ਨਾਵਲ ਕਹਾਣੀ ਨਾਟਕ ਇਕਾਂਗੀ ਸੰਗ੍ਰਹਿ ਸ਼ਾਮਿਲ ਨੇ ਉਹਨਾਂ ਨੂੰ ਮਿਲਲੇ ਸਨਮਾਨਾਂ ਦੀ ਗੱਲ ਕਰੀਏ ਤਾਂ ਸੰਤ ਸਿੰਘ ਸੇਖੋਂ ਨੂੰ 1972 ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਨਾਟਕ ਮਿੱਤਰ ਪਿਆਰਾ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਸੰਤ ਸਿੰਘ ਸੇਖੋਂ ਨੂੰ ਸਰਕਾਰ ਵੱਲੋਂ 1987 ਵਿੱਚ ਭਾਰਤ ਦਾ ਸਭ ਤੋਂ ਵੱਡਾ ਨਾਗਰਿਕ ਹੋਣ ਦਾ ਪੁਰਸਕਾਰ ਪਦਮਸ਼੍ਰੀ ਅਵਾਰਡ ਦਿੱਤਾ ਗਿਆ ਤੇ ਕਲਕੱਤਾ ਵਿੱਚ 1999 ਨੂੰ ਭਾਰਤੀ ਪਰਿਸ਼ਦ ਪੁਰਸਕਾਰ ਮਿਲਿਆ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਡੀਲ ਇਟ ਦੀ ਆਨਰੇਰੀ ਡਿਗਰੀ ਮਿਲੀ ਤੇ ਲਾਈਫ ਫੈਲੋਸ਼ਿਪ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉਹਨਾਂ ਨੂੰ ਦਿੱਤੀ ਗਈ ਸੋ ਇਹ ਸੀ ਸੰਤ ਸਿੰਘ ਸੇਖੋਂ ਨੂੰ ਮਿਲੇ ਸਨਮਾਨਾਂ ਦੀ ਗੱਲ ਸੋ ਪ੍ਰੋਗਰਾਮ ਦੀ ਅੱਜ ਦੀ ਲੜੀ ਵਿੱਚ ਅਸੀਂ ਸੰਤ ਸਿੰਘ ਸਿੱਖੋਂ ਦੀ ਜੀਵਨ ਉਹਨਾਂ ਦੇ ਸਾਹਿਤਕ ਸਫ਼ਰ ਉਹਨਾਂ ਦੀਆਂ ਰਚਨਾਵਾਂ ਤੇ ਉਹਨਾਂ ਨੂੰ ਮਿਲੇ ਸਨਮਾਨਾਂ ਦੀ ਹਲਕੀ ਫੁਲਕੀ ਵਿਚਾਰ ਚਰਚਾ ਕੀਤੀ ਹੈ ਉਮੀਦ ਕਰਦਾ ਆਂ ਇਹ ਵੀਡੀਓ ਤੁਹਾਨੂੰ ਪਸੰਦ ਆਊਗੀ ਵੀਡੀਓ ਵਧੀਆ ਲੱਗੀ ਤਾਂ ਵਿਦਿਆਰਥੀ ਸਾਥੀਆਂ 'ਚ ਵੀਡੀਓ ਨੂੰ ਜਰੂਰ ਸਾਂਝਾ ਕਰਿਓ ਉਦੋਂ ਲਈ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਤੇ ਆਜ਼ਾਦ ਰਹੋ